ਅਸਲਾਮ ਵਾਲੇਕਮ ਦੋਸਤੋ, ਜਨਾਬ ਪਹੁੰਚੇ ਹਾਂ ਚੀਚਾ ਵਤਨੀ ਮੰਡੀ। ਭਾਈ ਨਵਾਜ਼ ਪੁਰਬਾਣੇ ਕੋਲ ਨਾ ਕੱਲ੍ਹ ਵੀਡੀਓ ਲਾਈ ਸੀ, ਇੱਕ ਬੜੀ ਨਾਮੀਨੇਟ ਪਹਿਲਣ ਝੂਟੀ ਜਿਹੜੀ ਸੇਲ ਹੋ ਗਈ ਹੈ, ਅਤੇ ਅੱਲਾ ਦੇ ਫਜ਼ਲੋ ਕਰਮ ਨਾਲ ਇਨਸ਼ਾਅੱਲਾ ਤਾਲਾ ਮੇਰਾ ਭਰਾ ਵੀ ਜਦੋਂ ਨਾ ਕੋਈ ਬ੍ਰੈਂਡ ਹੀ ਕੱਢਦਾ। ਇੱਕ ਅੱਜ ਤੁਹਾਨੂੰ ਜਿਹੜੀ ਝੂਟੀ ਦੂਸਰਾ ਸੂਆ ਸੂਈ ਹੈ ਵਹਾਣ ਲੱਗੇ ਆ, ਜਿਹੜੇ ਆਸ਼ਕ ਬੰਦੇ ਨੇ ਸ਼ੌਕ ਕਰਦੇ ਨੇ ਨੂਰ ਸ਼ਾਹ ਦੀਆਂ ਮੱਝਾਂ ਦਾ, ਅਤੇ ਅੱਲਾ ਪਾਕ ਨੇ ਜਨਾਬ ਇਸ ਇਲਾਕੇ ਨੂੰ ਕੋਈ ਇਹ ਜਿਹੇ ਬਖਤ ਲਾਏ ਨੇ ਕਿ ਜਿਹੜੀ ਇਲਾਕੇ 'ਚ ਵੀ ਇਹ ਮੱਝ ਜਾਂਦੀ ਹੈ, ਇਨਸ਼ਾਅੱਲਾ ਤਾਲਾ ਬੰਦੇ ਨੂਰ ਸ਼ਾਹ ਦੀ ਮੱਝ ਹੀ ਕਹਿੰਦੇ ਨੇ ਵੀ ਵਾਕਈ ਵੱਸਦੀ ਹੈ ਜਨਾਬ ਦੁੱਧ 'ਤੇ। ਜਿਹੜੀਆਂ ਗੱਲਾਂ ਬਾਤਾਂ ਨੇ ਭਾਈ ਨਵਾਜ਼ ਨਾਲ ਕਰਾਂਗੇ, ਬਕਾਇਆ ਜਿਹੜੀ ਇਹਦੀ ਖੂਬਸੂਰਤੀ ਕੁਆਲਿਟੀਆਂ ਇਨਸ਼ਾਅੱਲਾ ਤਾਲਾ ਜਿਹੜੇ ਆਸ਼ਕ ਨੇ ਉਹ ਆਪ ਵੇਖ ਰਹੇ ਨੇ। ਸੋਹਣੀਆਂ ਟਾਕਾਂ, ਇਹ ਕੱਢੀ ਖੁੱਡਾ ਸੋਹਣਾ ਲਿਬਾਸ, ਪੱਠ 'ਤੇ ਜਿਹੜਾ 416 ਦਾ ਠੱਪਾ ਲੱਗਿਆ, ਥਣ ਬੜਾ ਪਾਵਰ ਵਾਲਾ। ਅਤੇ ਭਾਈ ਨਵੀਦ ਇਹਨਾਂ ਨੂੰ ਟੋਰ ਕੇ ਵੀ ਇਹਨੂੰ ਵਹਾਣਗੇ ਤੁਹਾਨੂੰ। ਚਿਹਰਾ ਸੋਹਣੇ ਕਾਠ ਵਾਲੇ ਸਿੰਘ ਨੇ, ਆ ਉਹਦਾ ਲੱਗਿਆ ਗੱਲ 'ਤੇ ਠੱਪਾ 416। ਛੱਡ ਕੇ ਬਾਹਰ ਨੂੰ ਕੱਢੋ ਹਾਂ ਥੋੜ੍ਹੀ ਜੀ। ਬਾਕੀ ਜੀ ਸਦਾ ਬਾਦਸ਼ਾਹ ਹੀ ਉਹ ਸੋਹਣੇ ਰੱਬ ਦੀ, ਅਤੇ ਉਹਦਾ ਹੀ ਨਾਂ ਹੈ ਜਿੰਨੇ ਅਜੇ ਅਨਮੋਲ ਹੀਰੇ ਬਣਾਏ ਨੇ, ਅਤੇ ਲੈਣੇ ਦੇਣੇ ਨਸੀਬ ਨੇ ਇਨਸ਼ਾਅੱਲਾ ਤਾਲਾ। ਮਾਸ਼ਾਅੱਲਾ ਜੀ ਕਿਆ ਬਾਤ ਹੈ, ਇਹ ਸੋਹਣੇ ਰੱਬ ਦਾ ਜੱਗ ਵਾਸਤਾ ਜੀ। ਇੱਥੇ ਬੜੇ ਬੜੇ ਹੀਰੇ ਅਤੇ ਬ੍ਰੈਂਡ ਨਿਕਲਦੇ ਨੇ, ਸ਼ਾਹ ਕਾਲੀ ਮੁਸ਼ਕਿਲ ਨੇ ਵੇ ਨਵੀਦ। ਮਾਸ਼ਾਅੱਲਾ ਕੰਮ ਸੋ ਕੰਮ ਜੀ, ਮੱਝਾਂ ਜਿਹੜੀਆਂ ਨੇ 20-22 ਮੱਝਾਂ ਇਹਨਾਂ ਕੋਲ ਹੁੰਦੀਆਂ ਨੇ ਜਿਹੜੀਆਂ ਟਾਪ ਕਲਾਸ ਦੀਆਂ। ਸ਼ਾਹ ਕਾਲੀ ਮੁਸ਼ਕਣ, ਅਤੇ ਸੋਹਣੀਆਂ ਟੋਰਾਂ ਨੇ ਜੀ। ਹਾਂਜੀ ਭਾਈ ਨਵੀਦ ਲੈ ਆਓ ਮੋੜ ਕੇ, ਅਸੀਂ ਅਸੀਂ ਜਿਹੜਾ ਦੇਵੇ ਨਾ ਅਸੀਂ ਤਾਂ ਲੈ ਆਸੋ। ਬਸ ਇੰਨੇ ਕੁ ਟੋਰੇ ਫੇਰੇ 'ਚ ਮੈਂ ਦਾ ਪਤਾ ਲੱਗ ਜਾਂਦਾ ਵੀ ਕੀ ਨਸਲ ਦਾ, ਅਤੇ ਚਿਹਰਾ ਵੇਖਣ ਦੇ ਨਾ ਅਸੀਂ ਲੰਮੀ ਲਈ ਚੱਲ। ਮਾਸ਼ਾਅੱਲਾ ਜੀ ਹੈ 416, ਲੈ ਚੱਲ ਚੱਲ ਕੇ ਫਿਰ ਪਾਓ ਨਾ ਇਹਦੀ ਗੱਲ ਗੁੱਲ ਕਰੀਏ, ਲੇਖਾ ਲੋਖਾ ਕੀ ਜਾਂਦਾ ਹੈ। ਬਾਕੀ ਜੀ ਭਰਾਵਾਂ ਦਾ ਸ਼ੌਕ ਕਰਾਈਦਾ, ਇਨਸ਼ਾਅੱਲਾ ਤਾਲਾ ਜਿਹੜੀ ਚੀਜ਼ ਦੇਈਏ ਜਿਹੜੀ ਆਪਣੇ ਦਿਲ ਨੂੰ ਚੰਗੀ ਲੱਗਦੀ ਹੈ ਨਾ, ਉਹ ਹੀ ਤੁਹਾਨੂੰ ਤੁਹਾਡੇ ਲਈ ਸਿਲੈਕਟ ਕਰੀਦੀ ਹੈ। ਅਤੇ ਹਰ ਮੰਡੀ ਦੇ ਵਿੱਚ ਜਿਹੜੇ ਨਾ ਟੌਪ ਕਲਾਸ ਦੇ ਜਾਨਵਰ ਜਿਹੜੇ ਹੁੰਦੇ ਨਾ ਜਾਨਵਰ, ਉਹ ਤੁਹਾਨੂੰ ਵਹਾਈਦੇ ਨੇ। ਮਾਸ਼ਾਅੱਲਾ ਇੱਥੇ ਜਨਾਬ ਜਿਹੜੀ ਨਾ ਵੀਰਾਂ ਨੇ ਦੀ ਜਿਹੜੀ ਨਾ ਪਰਖ ਕਰਨੀ ਵੰਡਾਂ ਦੀ, ਦੁਬਾਰਾ ਫਿਰ ਤੁਹਾਨੂੰ ਦੱਸੀਏ ਕੱਢੀ ਹੈ ਜੇ ਕੁਹਾੜੇ ਤਰ੍ਹਾਂ, ਟਾਕਾਂ ਸੋਹਣੀਆਂ ਨੇ, ਸੋਹਣਾ ਮਸ਼ਕ ਵਾਲਾ ਲਿਬਾਸ ਹੈ, ਅਤੇ ਲਾਮ ਬੜੀ ਹੈ। ਅਤੇ ਮਾਂ ਦਾ ਅਤੇ ਚਾਚੇ ਨੇ ਦੇਵੇ ਨਾ ਬੈਗ ਫੜਾ ਪੁੱਛੀਏ ਇਹਦੇ ਕੋਲ ਜਾ ਕੀ ਅਤੇ ਕੀ ਲੇਖਾ ਸ਼ਿਖ ਹੈ। ਮਾਸ਼ਾਅੱਲਾ ਇਹ ਜੀ ਇੱਕ ਨਸਲ ਹੈ ਜਿਹੜੀ ਇਹ ਮੱਝ ਹਰ ਮੱਝ ਨਾਨੀ ਰਲਦੀ ਜਾਂਦੀ, ਅੱਲਾ ਪਾਕ ਨੇ ਜਿਹੜੀ ਨਾ ਹਰ ਪਾਸੋਂ ਵੰਡਾਂ ਜਿਹੜੀਆਂ ਨੇ ਦੂਸਰੀਆਂ ਮੱਝਾਂ ਦੇ ਨਾਲ ਨਹੀਂ ਰਲਦੀਆਂ, ਅੱਗੋਂ ਬਿਲਕੁਲ ਬਰੀਕ ਹੈ ਅਤੇ ਪਿੱਛੋਂ ਚੌੜੀ, ਅਤੇ ਮੱਝਾਂ ਤਾਂ ਬੜੀਆਂ ਬੜੀਆਂ ਬਹੁਤ ਬਰੀਕ ਮੇਰੇ ਕੋਲੇ ਆ। ਮੱਝ ਨੂੰ ਬਰੀਕਤ ਵੇਖ, ਕੰਨੀ ਵੇਖ, ਮੱਝ ਦਾ ਰੰਗ ਵੇਖ, ਮੱਝ ਸਾਰੀ ਮੱਝ ਲੰਮੀ, ਮੱਝ ਕਿਤਨੀ, ਹਾਂਜੀ ਮੱਝ ਦੀ ਨਸਲ ਹੁੰਦੀ ਮੇਰੇ ਕੋਲ। ਨਹੀਂ ਨਹੀਂ ਨਸਲ ਯਾਰ ਸਾਡਾ ਆਪਦਾ ਇਸ਼ਕ, ਅਸੀਂ ਜਿਹੜੀ ਨਸਲ ਵਾਲੀ ਮੈਂ ਨਾ ਉਹਦੀ ਪਰਖ ਕਰਨੇ ਹੁਣ ਮੱਝਾਂ ਦਾ ਮੰਡੀ ਦੇ ਵਿੱਚ ਯਾਰ ਮੰਡੀ ਨੇ ਫਿਰਦੇ ਨੇ, ਮੈਂ ਚੰਗੀ ਵੇਖ ਕੇ ਤੂੰ ਐ ਟੱਪਰ ਚੜਦੇ ਨੇ ਟੱਪਰ, ਐ ਇਹਦੇ ਕੋ ਕੱਟਾ ਬੱਚਾ ਹੈ, ਮੈਂ ਕੱਟਿਆ ਬੱਚਾ ਕੱਟਾ, ਬਹੁਤ ਤਕੜਾ ਹੈ ਮਾਸ਼ਾਅੱਲਾ ਹੈ। ਪਰਸੋਂ ਰਾਤ ਦੀ ਮੇਰੇ ਕੋਲੇ ਐ ਸੋਈ। ਆਓ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਮੈਂ ਨਾ ਕਿਹਾ ਬਾਤ ਹੈ ਮਾਸ਼ਾਅੱਲਾ ਯਾਰ, ਕੱਲ ਆਪਾਂ ਪਹਿਲਾਂ ਝੋਟੀ ਲਾਈ ਹੈ, ਮੇਰਾ ਲਾ ਦੇ ਬੰਦੇ ਨੇ ਆਖਿਆ ਭਾਈ ਵੇਗੀ ਯਾਰ, ਉਹ ਕੇ ਬੰਦੇ ਪੁਰਾਣੇ ਲੱਗੇ ਖੜੇ ਸੀ ਤੇ ਤੂੰ ਆਪਾਂ ਲਾਈ ਤੂੰ ਸੜ ਵੇਗੀ ਵੇਗੀ, ਉਹ ਬੰਦੇ ਬੜਿਆਂ ਨੇ ਪੁੱਛੀ ਮੈਂ ਭਾਈ ਉਹ ਸੇਲ ਹੋ ਗਈ।
ਬਿਲਕੁਲ ਭਾਈ ਨਵਾਜ਼, ਵੇਖੋ ਜੀ ਜੇ ਇੱਕ ਨੰਬਰ ਕੰਮ ਕਰਦੇ ਜੇ ਤੇ ਬੰਦੇ ਇਤਮਾਦ ਕਰਦੇ ਨੇ, ਸ਼ਾਬਾਸ਼ ਇਤਮਾਦ ਕਰਦੇ ਨੇ, ਨਾਲੇ ਬਿਰਾਨ ਸਾਡੇ ਪਤਾ ਨਹੀਂ ਕਿੱਥੇ ਕਿੱਥੇ ਕਿਹੜੇ ਕਿਹੜੇ ਮੁਲਕ ਚੋਂ ਬੈਠੇ ਨੇ, ਬਾਹਰ ਬੈਠੇ ਨੇ, ਆਪਾਂ ਤੇ ਬਾਈ ਜੀ ਉਹ ਮੁਤਮਨ ਹੁੰਦਾ ਹੀ ਤੇ ਲੈ ਜਾਂਦੇ ਨੇ, ਨਾ ਤੇ ਉਹਨਾਂ ਨੂੰ ਕਿਉਂ ਇਤਨੇ ਭਾਤੂ ਬਲਾ ਕਿੱਥੇ ਬੈਠੇ ਨੇ। ਬਿਲਕੁਲ ਆ ਤੇ ਮੱਝੀ ਆਪਣੀਆਂ ਇਨਸ਼ਾਅੱਲਾ ਚੰਗੀਆਂ ਹੁੰਦੀਆਂ ਤੇ ਬਿਰਾਨ ਨੂੰ ਜਿਹੜੇ ਦਿਲ ਕਰੇ ਦੋ ਟਾਈਮ ਵਿਸ਼ਾਖ ਚੋ ਕੇ ਲੈ ਜਾਵੇ, ਆਪਾਂ ਨੂੰ ਕੋਈ ਡਾਊਟ ਨਾ ਹੀ। ਹਾਂਜੀ, ਅੱਛਾ ਪਾਉ ਇਹਦੇ ਕੋ ਕਿੰਨਾ ਇਸ ਟਾਈਮ ਦੁੱਧ ਹੋਣਾ ਜਿਹੜਾ? ਪਾਉ ਮਾਜ ਕੋਲ ਆਈ ਤੀਸਰੀ ਰਾਤ ਸੋਈ ਹੋਈ ਐਵੇਂ ਬੰਦੇ 20 ਸੇਰ ਆਖੀ ਰੱਖਦੇ, 25 ਸੇਰ ਤੇ ਝੂਠ ਮਾਰਨ ਵਾਲੀ ਮਾਈ ਕੋ ਠੱਡਾ ਦੋ ਤੇ ਇਸ ਟਾਈਮ ਵਾਲੀ 14 ਸੇਰ, 14 ਸੇਰ ਬੱਚੇ ਨੂੰ ਛੱਡ ਕੇ 14 ਸੇਰ ਹੈ, ਉਂਝ ਮਾਈ 20 22 ਸੇਰ ਦੀ ਮਾਲਕ ਹੈ ਅੱਲਾ ਦੇ ਹੁਕਮ। ਜਿਹੜੀ ਮੈਂ ਬੋਲੇ 14 ਸੇਰ ਕਰਦੀ ਹਾਂ ਬੋਲੇ ਦੇ ਵਿੱਚ ਚਾਲੀ ਤੇ ਨਾੜੂ ਵਾਲਾ ਬੱਚਾ ਮਾਈ ਦੀ ਹੱਡੀਆਂ ਵੇਖ, ਰੰਗ ਮਾਈ ਨੂੰ ਸ਼ਾਹ ਕਾਲੀ, ਲੰਮੀ ਮਾਈ ਕਿਤਨੀ, ਥਣ ਮਾਈ ਨੂੰ ਚੱਡਾ, ਪੂਰੇ ਮੈਂ ਸ਼ਹਿਜ਼ਾਦੀ ਹੈ ਮੇਰੇ। ਕੀ ਹੋਣੇ ਦਾ ਆਪਾਂ ਲੇਖਾ ਲੂਖਾ ਲੈਣਾ? ਮੋਲ ਤਾਂ ਮਾਈ ਦੇ 11 ਲੱਖ ਕਰਨੇ ਆ ਬਾਉ। ਮੋਲ ਬਾਉ ਤੇਰੇ ਬਹੁਤ ਤਕੜੇ। ਮੋਲ ਮਾਈ ਦਾ ਹੀ ਰਾਹ ਸਾਹਿਬ ਹੁੰਦਾ ਹੋਣਾ, ਮੈਂ ਤਾਂ ਕਿਸੇ ਨੇ ਨਾ ਦੇ ਛੱਡਨੇ ਕੋ, ਮਾਈ ਚੰਗੀ ਹੋਈ ਤਾਂ ਕੋਈ ਗੱਲ ਸੀ। ਜ਼ਿੰਦਾਬਾਦ। ਹਾਂ ਮਾਈ ਬਹੁਤ ਚੰਗੀ ਮੇਰੇ। ਦਵਾਈ ਕੇ ਜੀ। ਚਵਾ ਮਾਈ ਦਾ ਡੁੱਖੇ ਡੁੱਖੇ ਜਿਹੜੀ ਚਵਾ, ਕੋਈ ਘਾਟ ਨਹੀਂ, ਚੱਟਾ ਨਹੀਂ, ਫੁਆਰਾ ਨਹੀਂ। ਅੱਛਾ ਤੇ ਹੁਣ ਇਹਦੇ ਵਿੱਚ ਕੀ ਡਿਸਕਾਊਂਟ ਹੈ ਕੀ ਯਾਰ? ਜੇ ਬਿਰਾ ਕਿਸੇ ਆਪਣੇ ਨਾਲ ਰਾਬਤਾ ਕੀਤਾ ਆਪਾਂ ਵੇਚ ਲਿਸਾਂ, ਜਿਵੇਂ ਮੇਰੇ ਬਿਰਾ ਆਖਿਆ ਜਿਵੇਂ ਖੁਸ਼ ਹੋਇਆ ਆਪਾਂ ਵੇਚ। ਯਾਰ ਰਾਜੀ ਆ ਪਰ ਬਾਣਿਆ ਤੇਰੇ ਤੇ, ਕੀ ਬਾਤ ਹੈ ਮਾਸ਼ਾਅੱਲਾ। ਮੈਂ ਕਹਾਂ ਮਾਜ ਪੂਰੀ ਰਾਤ ਸਾਹਿਬ ਚੰਗੀ ਮੰਡੀ ਸਾਰੀ ਤੋਂ ਵੀ ਫਿਰਦਾ ਵਤਿਆ ਸੀ ਫਿਰਨੇ ਆ ਮੁਡਾਕਾਂ ਮਾਜ ਦੀਆਂ ਕਾਨ ਮਾਈ ਲਾਮ ਕਿਤਨੀ ਹੈ, ਮਾਈ ਸੋਹਣੀ ਬੜੀ ਹੈ ਮੇਰੇ ਕੋਲੇ। ਨਹੀਂ ਨਹੀਂ ਆਰ ਪਾਸ ਨਾਲੇ ਕੱਚੀ ਮਾਈ ਸੋਈ ਹੋ ਕੇ ਮਾਈ ਕੋ 16 ਕਿਲੋ ਦੁੱਧ ਪੱਕਾ, 14 ਸੇਰ ਜਿਹੜਾ ਦੁੱਧ ਪੱਕਾ 14 ਸੇਰ। ਚਲੋ ਇਨਸ਼ਾਅੱਲਾ ਤਾਲਾ ਲਓ ਜੀ, ਅਗਰ ਕਿਸੇ ਭਰਾ ਦੇ ਪਸੰਦ ਆਈ ਤੇ ਇਨਸ਼ਾਅੱਲਾ ਤਾਲਾ ਭਾਈ ਨਵਾਜ਼ ਨਾਲ ਜਿਹੜਾ ਨਾ ਕੋਈ ਮੈਚ ਪਾ ਲਾਂਗੇ। ਐ ਇਵੇਂ ਕਿ ਨਹੀਂ ਨਵੀਦ? ਬਿਲਕੁਲ ਕੁਝ ਤਾਂ ਕਰੇਗਾ ਨਾ ਮੁਹੱਬਤ? ਮੈਂ ਤਾਂ ਨਾ ਕੋਈ ਆਵਾਜ਼ ਦੇ ਦਿੰਦੇ ਭਰਾਵਾਂ ਨੂੰ ਕੋਈ। ਐ ਯਾਰ ਮੇਰੇ ਬਿਰਾ ਕਿਸੇ ਲਈ ਮਾਈ ਆਪਾਂ 9.5 ਲੱਖ ਦੀ, 9.5 ਲੱਖ ਮੈਂ ਮੰਗਣ ਨਾ ਕੋਈ ਨੀ, 11-12 ਹੀ ਮੰਗੀ ਰੱਖੇ ਤਾਂ ਫਾਇਦਾ ਕੋਈ ਨੀ। ਮੈਨੂੰ ਆ ਸੋਹਣੀ ਗੱਲ ਕੀਤੀ, 9.5 ਲੱਖ ਦੀ ਆਪਾਂ ਮਾਈ ਦੇ ਛੱਡੇ ਸਾਂ। ਲਓ ਜੀ ਇਸ ਨਾਲ ਹੀ ਆਪਣੇ ਅੱਲਾ ਦੇ ਹੁਕਮ ਨਾਲ ਮਾਜੀ ਆਪਣੀ ਪੂਰੀ ਸ਼ਹਿਜ਼ਾਦੀ। ਲਓ ਜੀ ਰਾਜੀ ਰਿਹਾ ਜੀ, ਖੁਸ਼ ਰਹੋ, ਆਬਾਦ ਰਹੋ, ਤੁਹਾਡੇ ਸ਼ੌਕ ਕਰਾਉਂਦੇ ਰਹਾਂਗੇ ਇਨਸ਼ਾਅੱਲਾ ਤਾਲਾ। ਲੈਣੇ ਦੇਣੇ ਨਸੀਬ ਨੇ, ਅੱਲਾ ਪਾਕ ਨੇ ਖਬਰੇ ਕਿੰਦੇ ਨਸੀਬਾਂ ਜਿੰਦਾ ਦੋ ਸ਼ੌਕ ਦਾ ਤਾਂ ਉਸਤਾਦ ਮੁੱਲ ਹੀ ਕੋਈ ਨਹੀਂ, ਸ਼ੌਕ ਦਾ ਮੁੱਲ ਕੋਈ ਨਹੀਂ। ਚਲੋ ਸ਼ੌਕ ਤਾਂ ਕਰੋ ਨਾ ਇਨਸ਼ਾਅੱਲਾ, ਪੂਰੀ ਚੰਗੀ ਹੈ। ਹਾਂਜੀ।